ਦਿਨ ਚੜ੍ਹਦੇ ਕਿਸਾਨਾਂ ਤੇ ਆਈ ਮੁਸੀਬਤ। ਸੂਏ ਚ ਪਾੜ ਪੈਣ ਦੇ ਨਾਲ ਖੇਤਾਂ ਚ ਵੜਿਆ ਪਾਣੀ। ਕਈ ਏਕੜ ਫਸਲ ਪਾਣੀ ਨੇ ਕੀਤੀ ਬਰਬਾਦ। ਦੱਸਦੀ ਕਿ ਦਿਨ ਚੜ੍ਹਦੇ ਹੀ ਇੱਕ ਮੰਦਭਾਗੀ ਘਟਨਾ ਮਾਨਸਾ ਦੇ ਵਿੱਚ ਵਾਪਰੀ ਹੈ, ਜਿੱਥੇ ਸੂਏ ਦੇ ਵਿੱਚ ਅਚਾਨਕ ਇੰਨਾ ਵੱਡਾ ਪਾੜ ਪੈ ਜਾਂਦਾ ਹੈ ਜਿਸ ਦਾ ਪਾਣੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾ ਵੜਦਾ ਹੈ, ਜਿਸ ਕਾਰਨ ਪੱਕੀ ਪਕਾਈ ਸਾਰੀ ਫਸਲ ਬਰਬਾਦ ਹੋ ਗਈ ਹੈ। ਕਿਹਾ ਜਾ ਰਿਹਾ ਕਿ ਕਿਸਾਨਾਂ ਦਾ ਲੱਖਾਂ ਦਾ ਨੁਕਸਾਨ ਹੋਇਆ। ਉੱਥੇ ਹੀ ਕਿਸਾਨਾਂ ਦੇ ਨਿਰਾਸ਼ ਚਿਹਰੇ ਸਭ ਬਿਆਨ ਕਰ ਰਹੇ ਨੇ। ਦੱਸਦੇ ਕਿ ਕਿਸਾਨਾਂ ਦੇ ਵੱਲੋਂ ਦੋਸ਼ ਵੀ ਲਗਾਏ ਜਾ ਰਹੇ ਨੇ ਕਿ ਨਹਿਰ ਦੀ ਸਾਫ਼ ਸਫਾਈ ਨਹੀਂ ਹੋਈ, ਜਿਸ ਕਾਰਨ ਸੂਏ ਦੇ ਵਿੱਚ ਪਾੜ ਪੈ ਜਾਂਦਾ ਅਤੇ ਉਹਨਾਂ ਦਾ ਹੁਣ ਲੱਖਾਂ ਦਾ ਨੁਕਸਾਨ ਹੋ ਗਿਆ। ਉੱਥੇ ਹੀ ਮੌਕੇ ਤੇ ਨਹਿਰੀ ਵਿਭਾਗ ਦਾ ਕੋਈ ਵੀ ਕਰਮਚਾਰੀ ਜਾਂ ਅਧਿਕਾਰੀ ਨਹੀਂ ਪਹੁੰਚਿਆ, ਜਿਸ ਕਰਕੇ ਕਿਸਾਨਾਂ ਦੇ ਵਿੱਚ ਕਾਫੀ ਰੋਸ ਦੇਖਣ ਨੂੰ ਮਿਲਿਆ। ਉੱਥੇ ਹੀ ਕਿਸਾਨਾਂ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਹੀ ਇਸ ਪਾੜ ਨੂੰ ਭਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤਸਵੀਰਾਂ ਸਭ ਬਿਆਨ ਕਰ ਰਹੀਆਂ ਨੇ, ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਕਿੰਨਾ ਵੱਡਾ ਇਹ ਸੂਏ ਦੇ ਵਿੱਚ ਪਾੜ ਪੈ ਗਿਆ, ਜਿਸ ਕਾਰਨ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਕਰ ਦਿੱਤੀਆਂ ਨੇ। ਉੱਥੇ ਕਿਹਾ ਜਾ ਰਿਹਾ ਕਿ ਜੇ ਸਮੇਂ ਰਹਿੰਦੇ ਸੂਏ ਦੇ ਪਾੜ ਨੂੰ ਨਾ ਭਰਿਆ ਗਿਆ ਤਾਂ ਕਈ ਪਿੰਡਾਂ ਦੇ ਘਰ ਵੀ ਇਸ ਪਾਣੀ ਦੀ ਲਪੇਟ ਦੇ ਵਿੱਚ ਆ ਜਾਣਗੇ, ਜਿਸ ਕਰਕੇ ਪਿੰਡ ਵਾਸੀ ਹੀ ਆਪਣੇ ਪੱਧਰ ਦੇ ਉੱਤੇ ਹੁਣ ਇਸ ਪਾੜ ਨੂੰ ਭਰਨ ਦੀ ਕੋਸ਼ਿਸ਼ ਕਰ ਰਹੇ ਨੇ। ਮਤਲਬ ਜਿਹੜੀ ਮਹਿਕਮੇ ਦੀਆਂ ਵੀ ਵੱਡੀਆਂ ਗਲਤੀਆਂ ਨੇ, ਜਿਵੇਂ ਹੁਣ ਆਹ ਪਾੜੀਆਂ ਇਹ ਚਾਲੂ ਹੋਣ, ਪਾੜੀਆਂ ਚਾਲੂ ਹੋਣ ਤਾਂ ਨਾ ਨੁਕਸਾਨ ਹੋਵੇ, ਕੁਝ ਸਾਡੇ ਜ਼ਿਮੀਂਦਾਰ ਭਰਾਵਾਂ ਦਾ ਵੀ ਇਹ ਪਾੜੀ ਵੱਢ ਲੈਂਦੇ ਨੇ, ਹੈ ਨਾ। ਇਹਦੇ ਵਿੱਚੋਂ ਦੂਜੀ ਗੱਲ ਸਾਰਿਆਂ ਤੋਂ ਵੱਡੀ, ਅਸੀਂ ਤਾਂ ਮਹਿਕਮੇ ਦੀ ਅਣਗਹਿਲੀ ਮੰਨਦੇ, ਹੁਣ ਇਹਨਾਂ ਨੇ ਐਂ ਕਹਿਤਾ ਵੀ ਸਰਕਾਰ ਨੇ ਵੀ ਟੇਲਾਂ 'ਤੇ ਪਾਣੀ ਦੇ, ਸੂਇਆਂ ਦੀ ਵੀ ਮੁਰੰਮਤ ਨਹੀਂ ਹੋ ਰਹੀ। ਸਾਡੇ ਜਦੋਂ ਪਹਿਲਾਂ ਦੋ ਵਾਰੀ ਸੂਆ ਟੁੱਟਿਆ, ਘੁੰਮਣ ਰਾਜ ਬਾਹਰ ਟੁੱਟਿਆ, ਉਦੋਂ ਵੀ ਅਸੀਂ ਆਖਿਆ ਜੀ ਸੂਇਆਂ ਦੀ ਸਫਾਈ ਕਰਾਓ, ਫਿਰ ਇੱਦੋਂ ਅੱਗੇ ਜਾ ਕੇ 10-20 ਕਿੱਲੇ ਗਵਾਹੀ, ਉਦੋਂ ਵੀ ਐਕਸ਼ਨ ਸਾਹਿਬ ਨੂੰ ਵੀ SDM ਸਾਹਿਬ ਨੂੰ ਵੀ ਫੈਸਲ ਕਿਹਾ ਵੀ ਸਾਰੇ ਦੀ ਮੁਰੰਮਤ ਕਰਾਓ। ਉਹ ਕੇਰਾਂ ਤਾਂ ਬਸ ਉਦੋਂ ਤਾਂ ਮਹਿਕਮਾ ਸਾਰਾ ਲਾ ਵੀ ਕਹਿੰਦੇ ਵੀ ਕਰਾਉਣੇ ਆ ਜੀ, ਐਂ ਕਰਦੇ ਆ। ਹੁਣ ਅੱਜ ਦੀ ਤੁਸੀਂ ਲਾ ਲਓ, ਅੱਜ ਸਵੇਰੇ ਦਾ 6 ਵਜੇ ਦੀ SDM ਸਾਹਿਬ ਨਾਲ ਐਕਸ਼ਨ ਸਾਹਿਬ ਨਾਲ ਗੱਲ ਹੋਈ ਹੈ, ਇੱਕ ਵੀ ਅਧਿਕਾਰੀ ਨਹੀਂ ਇੱਥੇ ਆ ਰਿਹਾ, ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ। ਹੁਣ ਇੱਧਰਲੀ ਸਾਈਡ ਤੁਸੀਂ ਨਿਗਾਹ ਮਾਰ ਲਓ, ਇਹ ਘਰ ਨੇ, ਘਰਾਂ ਨੂੰ ਨੁਕਸਾਨ ਹੈ, ਮੱਕੀ ਦੀ ਫਸਲ ਨੂੰ, ਮੂੰਗੀ ਦੀ ਨੂੰ, ਅਤੇ ਜਿਹੜੀਆਂ ਪੌਦ ਵਗੈਰਾ ਬੀਜੀ ਹੋਈ ਸੀ ਜੀਰੀ ਦੀ, ਉਹ ਨੁਕਸਾਨ ਹੀ ਨੁਕਸਾਨ ਹੈ। ਇੱਦੂ ਵੱਧ ਉਹ ਜਾਨੀ ਮਾਨੀ ਨੁਕਸਾਨ ਵੀ ਹੋਊਗਾ ਜੇ ਆਹ ਨਾ ਬੰਦ ਹੋਇਆ। ਹੁਣ ਵੀ ਲਾ ਲਓ ਵੀ ਜਥੇਬੰਦੀ ਤੌਰ 'ਤੇ ਵੀ ਅਸੀਂ ਆਪਦੀ ਪੂਰੀ ਕੋਸ਼ਿਸ਼ ਕਰੀ ਜਾਂਦੇ ਹਾਂ ਸਿੱਧੂਪੁਰ ਦੇ ਤੌਰ 'ਤੇ, ਪਰ ਲੋਕਾਂ ਨੂੰ ਵੀ ਮਤਲਬ ਇਹ ਗੁੰਜਾਇਸ਼ ਕਰਦੇ ਹਾਂ ਵੀ ਅਸੀਂ ਤੁਸੀਂ ਵੱਧ ਤੋਂ ਵੱਧ ਹੁਣ ਇੱਥੇ ਪਹੁੰਚ ਕੇ ਭਾਈ ਇਹਨੂੰ ਆਪਾਂ ਇੱਕ ਵਾਰ ਬੰਦ ਕਰੀਏ, ਅਤੇ ਉਦੋਂ ਬਾਅਦ ਉਹ ਜਿਹੜਾ ਇਹ ਪ੍ਰਸ਼ਾਸਨ ਸੁੱਤਾ ਪਿਆ, ਇਹ ਸਾਨੂੰ ਕਹਿੰਦੇ ਨੇ ਵੀ ਇਹ ਸੜਕਾਂ 'ਤੇ ਬਹਿ ਜਾਂਦੇ, ਸਾਡੇ ਆਪਦੇ ਲੋਕ ਕਹਿਣ ਲੱਗ ਜਾਂਦੇ ਆ ਵੀ ਸੜਕਾਂ 'ਤੇ ਬੈਠ ਗਏ ਜੀ ਇਹ, ਉਹ ਅਸੀਂ ਮਜਬੂਰੀ ਬਸ ਜਾ ਕੇ ਸੜਕਾਂ 'ਤੇ ਬਹਿੰਦੇ ਜਦੋਂ ਸਾਡਾ ਕੋਈ ਅਧਿਕਾਰੀ ਸੁਣ ਨਹੀਂ ਰਿਹਾ। 5 ਵਜੇ ਦਾ ਮਹਿਕਮੇ ਨੂੰ ਸਾਰੇ ਨੂੰ ਫੋਨ ਹੋਇਆ ਹੋਇਆ, ਇੱਕ ਵੀ ਅਧਿਕਾਰੀ ਨਹੀਂ ਪਹੁੰਚਿਆ ਸਾਡੇ। ਹੁਣ ਸਾਡਾ ਮਜਬੂਰੀ ਬਸ, ਅਸੀਂ ਦੇਖਦੇ ਆ ਘੰਟਾ ਹੋਰ ਉਡੀਕਦੇ ਆ ਉਹਨਾਂ ਨੂੰ, ਇੱਦੋਂ ਵੱਧ ਅਸੀਂ ਸੜਕ ਰੋਕਾਂ। ਨੁਕਸਾਨ ਤਾਂ ਬਹੁਤ ਹੋ ਗਿਆ ਅਤੇ ਹਜੇ ਹੱਦ ਤੋਂ ਵੱਧ ਹੋ ਸਕਦਾ ਹੈਗਾ, 500 ਕਿੱਲਾ ਡੁੱਬ ਚੁੱਕਾ ਅਤੇ ਬਾਕੀ ਆਪਣੇ ਘਰ ਹੈਗਾ ਹਾਂ ਉਹਨਾਂ ਨੂੰ ਵੀ ਖਤਰਾ ਹੈਗਾ, ਉਹ ਵੀ ਡੁੱਬ ਸਕਦੇ ਅਤੇ ਦੂਗਾ ਹਾਂ ਹੋਰ ਵੀ ਕਈ ਕਿੱਲੇ ਡੁੱਬ ਸਕਦੇ ਨੇ। ਕੀ ਮੰਗ ਕੀ ਕਰ ਮੰਗ ਤਾਂ ਇਹੀ ਕਰਦੇ ਵੀ ਇਹਦੀ ਸਫਾਈ ਕਰਾਈ ਜਾਵੇ, 6 ਮਹੀਨਿਆਂ 'ਚ 2 ਵਾਰੀ ਟੁੱਟ ਚੁੱਕਿਆ ਹੈਗਾ। ਕਿਸਾਨ ਤਾਂ ਜੀ ਇੱਥੇ ਜਿੰਨਾ ਆਪਣਾ ਨੂੰ ਦੇਖੋ ਮਾਰਕੀਟ ਦੇਖੋ ਕੈਮਰਾ ਜੀ ਕਿੱਥੋਂ ਤੱਕ ਪਾਣੀ ਦਿੰਦਾ, ਮੈਨੂੰ ਲੱਗਦਾ ਘੱਟੋ ਘੱਟ 20 ਲੱਖ ਦਾ ਨੁਕਸਾਨ ਹੋ ਸਕਦਾ ਜੀ, ਕਿਉਂਕਿ ਅੱਜ ਕੱਲ੍ਹ ਹੁਣ ਹਰ ਇੱਕ ਬੰਦੇ ਨੇ ਮੂੰਗੀ ਬੀਜੀ ਹੋਈ ਹੈਗਾ, ਕਿਸੇ ਨੇ ਮੱਕੀ ਬੀਜਿਆ, ਕਿਸੇ ਨੇ ਮੂੰਗੀ, ਅਤੇ ਕੁੱਲ ਮਿਲਾ ਕੇ 20 ਲੱਖ ਤੱਕ ਤੋਂ ਜ਼ਿਆਦਾ ਨੁਕਸਾਨ ਆ, ਉਪਰ ਅੱਜ ਤੋਂ ਘੱਟ ਨਹੀਂ ਹੈਗਾ। ਕੀ ਮੰਗ ਕੀ ਕਰਦੇ ਹੋ? ਮੰਗ ਤਾਂ ਇਹੀ ਆ ਜੀ,
ਇਦੋਂ ਪਹਿਲਾਂ ਵੀ ਦੋ ਵਾਰ ਇੱਥੇ ਨੱਕਾ ਟੁੱਟ ਰਿਹਾ ਜੀ, ਇਹਦੇ 1 ਕਿਲੋਮੀਟਰ ਪਹਿਲਾਂ ਪਿਛਲੇ ਸਾਲ ਟੁੱਟਿਆ ਸੀਗਾ, ਹਾਂ ਪਿੱਛੇ ਟੁੱਟੇ ਸਿਆਲ 'ਚ, ਹੁਣ ਇਹ ਹੋ ਗਿਆ। ਅਸੀਂ ਸਰਕਾਰ ਤੋਂ ਮੰਗ ਇਹ ਕਰਦੇ ਹਾਂ ਵੀ ਇਹਦਾ ਕੋਈ ਪੱਕਾ ਹੱਲ ਕਰਿਆ ਜਾਵੇ, ਕਿਸੇ ਕਿਸਮ ਦਾ ਵੀ ਕੋਈ ਨਿਸ਼ਾਨਦੇਹੀ ਕਰਾਉਣ ਜਾਂ ਕੁਛ ਵੀ ਕਰਾਉਣ, ਇਹਦਾ ਪੱਕਾ ਹੱਲ ਹੋਣਾ ਚਾਹੀਦਾ। ਵਾਰ ਵਾਰ ਇਹ ਨੁਕਸਾਨ ਇਹਨਾਂ ਕਿਸਾਨਾਂ ਤੋਂ ਨਹੀਂ ਚੱਲਿਆ ਜਾਂਦਾ। ਦੱਸ ਜੀ ਕਿ ਅਕਸਰ ਹੀ ਵੇਖਿਆ ਜਾਂਦਾ ਕਿ ਕਿਸਾਨਾਂ ਦੀ ਪੱਕੀ ਪਕਾਈ ਫਸਲ ਕਈ ਵਾਰ ਬਰਬਾਦ ਹੋ ਜਾਂਦੀ ਹੈ ਕੁਦਰਤੀ ਆਪਦਾ ਯਾਨੀ ਮੀਂਹ ਅਤੇ ਗੜੇਮਾਰੀ ਕਾਰਨ ਕਿਸਾਨਾਂ ਦਾ ਵੱਡਾ ਨੁਕਸਾਨ ਹੁੰਦਾ। ਪਰ ਇਸ ਵਾਰ ਕੁਦਰਤੀ ਆਪਦਾ ਨੇ ਨਹੀਂ ਬਲਕਿ ਨਹਿਰੀ ਵਿਭਾਗ ਦੇ ਕਰਮਚਾਰੀਆਂ ਦੀ ਲਾਪਰਵਾਹੀ ਦੇ ਕਾਰਨ ਇਹ ਵੱਡਾ ਹਾਦਸਾ ਹੋਇਆ। ਸੂਏ ਦੇ ਵਿੱਚ ਪਾੜ ਪੈਣ ਦੇ ਨਾਲ ਕਿਸਾਨਾਂ ਦੀ 100 ਏਕੜ ਦੇ ਕਰੀਬ ਫਸਲ ਤਬਾਹ ਹੋ ਗਈ ਹੈ ਅਤੇ ਲੱਖਾਂ ਦਾ ਨੁਕਸਾਨ ਉਹਨਾਂ ਨੂੰ ਝੇਲਣਾ ਪੈ ਰਿਹਾ, ਜਿਸ ਕਰਕੇ ਕਿਸਾਨ ਕਾਫੀ ਨਿਰਾਸ਼ ਨਜ਼ਰ ਆ ਰਹੇ ਨੇ। ਬਿਊਰੋ ਰਿਪੋਰਟ, ਦੈਨਿਕ ਸਵੇਰਾ ਟੀਵੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।